ਆਖਿਰਕਾਰ ਜਲੰਧਰ ਦੇ ਨਤੀਜੇ ਜਿਹੜੇ ਆ ਰਹੇ ਨੇ ਉਹਦੇ 'ਚ ਆਮ ਆਦਮੀ ਪਾਰਟੀ ਹਾਲਾਂਕਿ ਵੱਡੇ ਫਰਕ ਦੇ ਨਾਲ ਜਿੱਤ ਰਹੀ ਆ। ਹਰਭਜਨ ਜੀ ਦੇਖਿਆ ਜਾਵੇ ਬਹੁਤ ਜ਼ੋਰ ਲੱਗਿਆ ਹੋਇਆ ਸੀਗਾ ਅਤੇ ਤੁਹਾਡੇ ਆਪਣੇ ਹੀ ਆ ਜਦੋਂ ਵਿਰੋਧੀ ਧਿਰ 'ਚ ਆ ਕੇ ਖੜ੍ਹੇ ਹੋਏ ਤਾਂ ਲੱਗਦਾ ਸੀ ਵੀ ਕਿਤੇ ਨਾ ਕਿਤੇ ਸਿਚੁਏਸ਼ਨ ਟਫ ਹੋ ਜਾਂਦੀ ਹੈ ਜਦੋਂ ਤੁਸੀਂ ਆਮ ਦਿਨਾਂ ਦੀ ਚੋਣਾਂ ਲੜਦੇ ਹੋ। ਨਹੀਂ, ਕੋਈ ਸਾਨੂੰ ਟਫ ਸਿਚੁਏਸ਼ਨ ਨਹੀਂ ਲੱਗ ਰਹੀ ਸੀਗੀ ਕਿਉਂਕਿ ਜਿਹੜਾ ਇਸ ਤਰ੍ਹਾਂ ਦੀ ਧੋਖਾਧੜੀ ਮੈਂ ਤਾਂ ਕਹੂੰਗਾ ਹੁੰਦੀ ਹੈ ਜਦੋਂ ਇੱਕ ਹਲਕੇ ਦੇ ਲੋਕ ਕਿਸੇ ਵਿਧਾਇਕ ਨੂੰ ਚੁਣ ਲੈਂਦੇ ਨੇ ਔਰ ਉਸੇ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ, ਲੋਕਾਂ ਦੀਆਂ ਆਸਾਂ ਹੋਰ ਜ਼ਿਆਦੀਆਂ ਵੱਧ ਜਾਂਦੀਆਂ ਨੇ ਕਿ ਸਾਡਾ ਵਿਧਾਇਕ ਵੀ ਉਸੇ ਪਾਰਟੀ ਨਾਲ ਸੰਬੰਧਿਤ ਆ ਜਿਸ ਪਾਰਟੀ ਦੀ ਸਰਕਾਰ। ਸੋ ਜਲੰਧਰ ਵੈਸਟ ਦੇ ਲੋਕਾਂ ਨੂੰ ਬਹੁਤ ਜ਼ਿਆਦੀਆਂ ਉਮੀਦਾਂ ਸੀਗੀਆਂ ਕਿ ਉਹਨਾਂ ਦੇ ਬਹੁਤ ਵੱਡੇ ਕੰਮ ਹੋਣਗੇ, ਉਹਨਾਂ ਦਾ ਵਿਧਾਇਕ ਕੋਈ ਵੱਡੇ ਪ੍ਰੋਜੈਕਟ ਲਿਆਏਗਾ, ਪਰ ਉਹਦਾ ਉਸ ਵਿਧਾਇਕ ਨੇ ਲੋਕਾਂ ਦੀ 2.5 ਸਾਲ ਪੁੱਛਿਆ ਹੀ ਨਹੀਂ ਲੋਕਾਂ ਨੂੰ ਔਰ 2.5 ਸਾਲ ਤੋਂ ਬਾਅਦ ਇੱਕ ਝੂਠਾ ਬਹਾਨਾ ਲਾ ਕੇ ਕਿ ਸਰਕਾਰ 'ਚ ਕੰਮ ਨਹੀਂ ਹੁੰਦੇ ਇਹ ਕਹਿ ਕੇ ਆਪਦਾ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਔਰ ਲੋਕ ਪਰੇਸ਼ਾਨ ਹੋ ਕੇ ਕਿ ਅਸੀਂ ਤਾਂ ਆਪਦਾ ਵਿਧਾਇਕ ਚੁਣਿਆ ਸੀਗਾ। ਸੋ ਜ਼ਿਮਨੀ ਚੋਣ ਜਿਹੜੀ ਆ ਉਹ ਮੜ ਦਿੱਤੀ ਗਈ। ਸੋ ਜ਼ਿਮਨੀ ਚੋਣ ਦੇ ਵਿੱਚ ਲੋਕਾਂ ਨੇ ਜਿਹੜਾ ਸਪਸ਼ਟ ਜਵਾਬ ਦੇ ਦਿੱਤਾ ਕਿ ਉਹ ਇਹੋ ਜਿਹੀ ਚੀਜ਼ ਨੂੰ ਜਿਹੜੀ ਆ ਉਹ ਪਸੰਦ ਨਹੀਂ ਕਰਦੇ। ਲੱਗਦਾ ਵੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਸ਼ਾਇਦ ਕਿਤੇ ਉਸੇ ਤਰ੍ਹਾਂ ਦੇ ਨਾਲ ਚੀਜ਼ਾਂ ਰਿਪੀਟ ਨਾ ਹੋ ਜਾਣ ਅਤੇ ਕਾਂਗਰਸ ਵੀ ਇਸੇ ਹੱਲਾਸ਼ੇਰੀ 'ਚ ਸੀ ਕਿ ਸਾਡੀ ਤਾਂ ਸੀਟ ਜਿੱਤੀ ਪਈ ਹੈ। ਨਹੀਂ, ਚਲੋ ਹਰ ਪਾਰਟੀ ਆਪਦਾ ਆਪਦਾ ਕਰਦੀ ਆ ਕਿ ਅਸੀਂ ਜਿੱਤੇ ਪਏ ਹਾਂ, ਹੈ ਨਾ। ਸੋ ਇਹ ਜਿਹੜੀ ਲੋਕ ਸਭਾ ਦੀ ਚੋਣ ਦੇ ਵਿੱਚ ਉਹਨਾਂ ਨੂੰ ਮਾਰਜਨ ਮਿਲਿਆ ਸੀਗਾ ਉਹ ਓਵਰ ਕੌਨਫੀਡੈਂਟ ਸੀਗੇ, ਪਰ ਇਹ ਗੱਲ ਜਿਹੜੀ ਆ ਉਹ ਸਪਸ਼ਟ ਆ ਕਿ ਲੋਕ ਸਭਾ ਦੀ ਚੋਣ ਅਤੇ ਵਿਧਾਨ ਸਭਾ ਦੀ ਚੋਣ ਇਹਦੇ ਵਿੱਚ ਬਹੁਤ ਫਰਕ ਹੁੰਦਾ ਕਿਉਂਕਿ ਇੱਕ ਨੈਸ਼ਨਲ ਇੰਟਰਸਟ ਸਾਹਮਣੇ ਰੱਖ ਕੇ ਵੋਟ ਕਰਨੀ, ਕਿਉਂਕਿ ਵੋਟਰ ਜਿਹੜਾ ਆ ਉਹ ਕਾਫੀ ਸਿਆਣਾ ਹੋ ਚੁੱਕਾ, ਉਹਨੂੰ ਪਤਾ ਹੈ ਨੈਸ਼ਨਲ ਲੈਵਲ ਦੇ ਮੁੱਦੇ ਕਿਹੜੇ ਨੇ, ਨੈਸ਼ਨਲ ਲੈਵਲ 'ਤੇ ਵੋਟ ਕਿਸ ਤਰ੍ਹਾਂ ਕਰਨੀ ਆ, ਸਟੇਟ ਲੈਵਲ 'ਤੇ ਕਿਸ ਤਰ੍ਹਾਂ ਕਰਨੀ ਆ। ਸੋ ਉਹ ਲੋਕ ਸਭਾ ਦੀਆਂ ਚੋਣਾਂ ਨੂੰ ਆਪਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਮਿਲਾ ਕੇ ਨਹੀਂ ਚੱਲ ਸਕਦੇ। ਸਭ ਹੋਰ ਚੀਜ਼ ਕੀ ਖਾਸ ਤੌਰ 'ਤੇ ਦੇਖਿਆ ਕਿ ਇਹ ਖੇਤਰ ਨਾ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਕੰਮ ਕਰਿਆ ਨਹੀਂ ਹੈਗਾ, ਉਦੋਂ ਬਾਅਦ ਦੇ ਵਿੱਚ ਵੋਟਾਂ 'ਚ ਵੀ ਚਰਚਾ ਰਿਹਾ, ਲਗਾਤਾਰ ਇਸ ਖੇਤਰ ਦੀ ਇੱਕ ਛਵੀ ਇਹ ਬਣ ਗਈ ਪੂਰੇ ਪੰਜਾਬ ਦੇ ਵਿੱਚ ਜੀ ਵੀ ਸੱਟੇ ਨੂੰ ਲੈ ਕੇ ਜੇ ਕਿਤੇ ਕੰਮ ਸ਼ੁਰੂ ਹੁੰਦਾ ਤਾਂ ਉੱਥੇ ਹੀ ਹੈਗਾ। ਇਹ ਕੋਸ਼ਿਸ਼ ਰਹੂਗੀ ਵੀ ਜਿਵੇਂ ਹੁਣ ਲੋਕਾਂ ਨੇ ਮੈਂਡੇਟ ਦਿੱਤਾ ਤਾਂ ਇਹ ਛਾਪ ਜਿਹੜੀ ਖਤਮ ਕਰੀ ਜਾਵੇ, ਜਾਂ ਫਿਰ ਜੇ ਇਹ ਬਣਾਈ ਸੀਗੀ ਬਿਲਡ ਕੀਤੀ ਗਈ ਸੀ ਤਾਂ ਵੀ ਖਤਮ ਹੋ ਗਈ? ਦੇਖੋ, ਬਿਲਕੁਲ ਇਹ ਜਿਹੜਾ ਸਾਨੂੰ ਵੀ ਇਲੈਕਸ਼ਨਸ ਦੇ ਵਿੱਚ ਉੱਥੇ ਇਹ ਗੱਲ ਸਾਹਮਣੇ ਆਉਂਦੀ ਸੀਗੀ, ਦੜੇ ਸੱਟੇ ਜਿਹੜੀ ਆ ਉਹ ਲੱਗਦੇ ਨੇ ਔਰ ਜਿਹੜੇ ਲੀਡਰ ਨੇ ਉਹੀ ਇਸ ਚੀਜ਼ ਨੂੰ ਬੜਾਵਾ ਦਿੰਦੇ ਨੇ। ਸੋ ਸਾਡੇ ਹੁਣ ਵਿਧਾਇਕ ਬਣਨ ਜਾ ਰਹੇ ਮਹਿੰਦਰ ਭਗਤ ਜੀ ਬਹੁਤ ਓਨੈਸਟ ਨੇ, ਬੜੇ ਸ਼ਰੀਫ ਬੰਦੇ ਨੇ, ਉਹ ਮੇਰਾ ਖਿਆਲ ਕਦੀ ਵੀ ਇਹੋ ਜਿਹੀ ਚੀਜ਼ ਨੂੰ ਜਿਹੜਾ ਆ ਉਹ ਆਪਦੇ ਹਲਕੇ ਦੇ ਵਿੱਚ ਪ੍ਰਮੋਟ ਨਹੀਂ ਹੋਣ ਦੇਣਗੇ ਔਰ ਬਹੁਤ ਜਲਦ ਇਹਨਾਂ ਚੀਜ਼ਾਂ ਦੇ ਉੱਤੇ ਉਸ ਹਲਕੇ ਦੇ ਵਿੱਚ ਨੱਥ ਪੈ ਜੂਗੀ। ਦੇਖਿਆ ਜਾਵੇ ਤਾਂ ਜਿਵੇਂ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਜਿੱਥੇ ਜੀ ਦੇਖਿਆ ਜਾਵੇ ਐਕਚੁਅਲ ਇਹ ਚੋਣਾਂ ਦੇ ਵਿੱਚ ਲੋਕ ਸਭਾ ਤੋਂ ਬਾਅਦ ਵੱਡੇ ਤੌਰ 'ਤੇ ਆਖੇ ਸੀ ਕਿ ਲੋਕਾਂ ਦਾ ਫਤਵਾ ਕੀ ਰਹਿੰਦਾ ਸੂਬੇ ਨੂੰ ਦੇਖਦੇ ਹੋਏ, ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਮੰਡੇਟ ਕਾਂਗਰਸ ਕੰਨੀ ਨੂੰ ਜਾਂਦਾ ਦੇਖਿਆ ਸੀਗਾ। ਪਰ ਨਾਲ ਹੀ ਜੇ ਦੇਖਿਆ ਜਾਵੇ ਤਾਂ ਗੱਲ ਹੁਣ ਇਹ ਵੀ ਸਿੱਧ ਹੁੰਦੀ ਹੈ ਵੀ ਜਿਹੜੇ ਲੋਕ ਦਲ ਬਦਲਦੇ ਨੇ ਪਾਰਟੀਆਂ ਛੱਡਦੇ ਨੇ ਤਾਂ ਉਹਨਾਂ ਨੂੰ ਲੋਕਾਂ ਦੀ ਨਾਰਾਜ਼ਗੀ ਵੀ ਝੱਲਣੀ ਪੈਂਦੀ ਹੈ, ਜਿਵੇਂ ਕਿ ਸ਼ੀਤਲ ਹੋਰਾਂ ਦੇ ਨਾਲ ਹੋਇਆ। ਹਾਲਾਂਕਿ ਅੱਗੇ ਮੰਥਨ ਜਾਰੀ ਰਹਿਣਗੇ ਪਾਰਟੀਆਂ ਦੇ, ਪਰ ਆਮ ਆਦਮੀ ਪਾਰਟੀ 'ਚ ਖੁਸ਼ੀ ਇਸ ਚੀਜ਼ ਨੂੰ ਲੈ ਕੇ ਬਹੁਤ ਹੈ ਕਿ ਲੋਕਾਂ ਨੇ ਇੱਕ ਵਾਰੀ ਫਿਰ ਤੋਂ ਸਾਨੂੰ ਵੱਡਾ ਮੈਂਡੇਟ ਦਿੱਤਾ ਅਤੇ ਦੂਜੇ ਪਾਸੇ ਜਿਹੜੀਆਂ ਜ਼ਿੰਮੇਦਾਰੀਆਂ ਜੋ ਸਾਡੇ ਉੱਥੇ ਮੰਗਰਾਲ ਵਿਧਾਇਕ ਹੁੰਦੇ ਆਪ ਆਮ ਆਦਮੀ ਪਾਰਟੀ ਤੋਂ ਨਹੀਂ ਪੂਰਾ ਕਰ ਪਾਏ ਤਾਂ ਹੁਣ ਅਸੀਂ ਉਹ ਚੀਜ਼ਾਂ ਨੂੰ ਫੁਲਫਿਲ ਕਰਾਂਗੇ। ਸਭ ਤੋਂ ਵੱਡੀ ਗੱਲ, ਦੜੇ ਸੱਟੇ ਦੇ ਨਾਂ ਨੂੰ ਜਿਹੜਾ ਬਦਨਾਮ ਹੋ ਗਿਆ ਖੇਤਰ ਉਹਨੂੰ ਕਹਿੰਦੇ ਦੁਬਾਰਾ ਰੀਸਟੋਰ ਕਰਨਾ। ਸੀਨੀਅਰ ਵੀਡੀਓ ਮਿਤੇ ਦੇ ਨਾਲ ਸਮੀਤ ਸਿੰਘ ਰੋਜ਼ਾਨਾ ਟੀਵੀ ਚੰਡੀਗੜ੍ਹ।